ਆ ਐਕਸ ਯੂ ਵੀ 700 ਘਰ ਦੇ ਜਮਾ ਕਲੋਜ਼ ਆ ਹੁਣ ਇਹ ਗੱਲ ਕਰਦੇ ਆਉਂਦੀ ਸੀ ਕਹਿੰਦੀ ਜੇ ਇਹ ਸੈੱਟ ਬਹਿ ਗਿਆ ਟੇਲਰ ਇੱਥੇ ਤਾਂ ਤੁਰ ਕੇ ਵੀ ਵਧੀਆ ਆ ਜਾਏ ਮੇਰੇ ਮੰਮੀ ਤੁਰ ਕੇ ਆਏ ਕਹਿੰਦੇ ਨਾਲੇ ਬੌਕ ਹੋ ਗਈ ਅੱਜ ਕੱਲ ਐਕਟਿਵਾ ਐਕਟਿਵਾ ਚਲਾਉਣਾ ਇਹ ਅਵੋਇਡ ਕਰਦੀ ਹੈ ਮੈਨੂੰ ਕਿਤੇ ਬੈਨੀਫਿਟ ਨਾਲੇ ਹਸਪੀਟਲ ਨਾਲੇ ਮੇਰਾ ਠੀਕ ਹਾਂ ਇਹ ਤਾਂ ਹੈ ਮੈਂ ਆਈ ਹਾਂ ਮਿੰਟ ਮਾਰਿਓ ਫਿਰ ਮੈਂ ਪੰਜ ਮਾਰੂੰਗੀ ਬਸ ਪੰਜ ਚਲੋ ਜੀ ਆ ਗਈ ਖਾਲੀ ਹੱਥੀ ਜਿਹੜੀ ਮੈਂ ਆਪਣੀ ਫੁੱਲ ਉਹਦੇ ਨਾਲ ਗਈ ਸੀ ਨਾ ਕੌਨਫੀਡੈਂਸ ਨਾਲ ਵੀ ਮੈਂ ਆਪਣੇ ਸੂਟ ਲੈ ਕੇ ਆਊਂਗੀ ਮੈਂ ਮੇਰੇ ਸੂਟਾਂ ਦੀ ਫਿਟਿੰਗ ਥੋੜ੍ਹੀ ਜਿਹੀ ਪ੍ਰੋਬਲਮ ਆ ਗਈ ਹੈ ਇਸ ਕਰਕੇ ਉਹ ਸ਼ਾਮ ਨੂੰ ਮਿਲਣਗੇ ਅਤੇ ਬਾਕੀ ਚਲੋ ਹੁਣ ਤੁਹਾਡੀ ਸ਼ੋਪਿੰਗ ਇਹਨਾਂ ਨੂੰ ਗਿਆ ਨੂੰ ਹੋ ਗਿਆ ਕਾਫੀ ਟਾਈਮ ਵੈਸੇ ਸਾਨੂੰ ਕਹਿੰਦੇ ਕੁੜੀਆਂ ਜੇ ਸ਼ੋਪਿੰਗ ਕਰਨ ਜਾਂਦੇ ਅਸੀਂ ਬੋਰ ਹੋ ਜਾਂਦੇ ਇੰਨਾ ਇੰਨਾ ਟਾਈਮ ਮਿਲਾਉਂਦੀਆਂ ਨੇ ਹੁਣ ਆਪ ਨਹੀਂ ਦੇਖ ਰਹੇ ਵੀ ਉਹ ਇਕੱਲੀ ਬੈਠੀ ਹੈ ਗੱਡੀ 'ਚ ਵੀ ਆਪ ਕਿੰਨਾ ਟਾਈਮ ਲਾ ਰਹੇ ਨੇ ਇੱਕ ਤਾਂ ਉਰੇ ਗਰਮੀ ਹੁਣ ਬਹੁਤ ਹੋ ਚੱਲੀ ਗੱਡੀ 'ਚ ਮੈਨੂੰ ਪੂਰੇ ਪਸੀਨੇ ਆ ਰਹੇ ਹੈ ਏ ਸੀ ਮੈਂ ਲਾ ਨਹੀਂ ਰਹੀ ਵੀ ਚੱਲ ਕੀ ਕਰਨਾ ਏ ਸੀ ਲਾ ਕੇ ਪਰ ਬਈ ਹੁਣ ਗਰਮੀ ਹੋ ਚੱਲੀ ਹੈ ਫਾਈਨਲੀ ਆ ਗਏ ਲਈ ਆਏ ਕੁਛ ਨਾ ਕੁਛ ਮਿਲ ਗਿਆ ਮੇਰਾ ਤਾਂ ਉਰੇ ਪਕੌੜਾ ਬਣਨ ਵਾਲਾ ਹੋਇਆ ਪਿਆ ਗਰਮੀ 'ਚ ਤੁਹਾਡੇ ਕੋਲ ਸੀ ਇਹਨੂੰ ਔਨ ਕਰ ਲੈਂਦੇ ਬਸ ਮੈਂ ਉਹੀ ਨਹੀਂ ਕਰਿਆ ਮੈਂ ਕਿਹਾ ਚੱਲ ਕੋਈ ਨਾ ਲੈ ਆਂਦਾ ਇੱਕ ਤਾਂ ਦੋ ਚੀਜ਼ਾਂ ਦਾ ਚੋਲਟਰ ਕਰਨੀ ਲੈ ਕੇ ਆਉਂਦੇ ਅੱਛਾ ਤੇ ਆ ਕੇ ਘਰੇ ਵਾਪਸ ਤੇ ਲੈ ਸੂਟ ਫੇਰ ਰਹੇ ਸ਼ਾਮ ਨੂੰ ਮਿਲਣ ਹਲੇ ਇਹਦੀ ਮਤਲਬ ਫਿਟਿੰਗ ਸੈੱਟ ਨਹੀਂ ਆਈ ਸੀਗੀ ਤਾਂ ਹੁਣ ਉਹ ਸ਼ਾਮ ਨੂੰ ਦੇਣਗੇ ਬੇਸਿਕਲੀ ਹੁਣ ਇਹਦਾ ਪੁਰਾਣਾ ਕੋਈ ਵੀ ਉਹ ਕਿਉਂਕਿ ਇਹਦਾ ਹੁਣ ਓਵਰ ਸਾਈਜ਼ ਹੋ ਗਿਆ ਡਬਲ ਸਾਈਜ਼ ਹੋਇਆ ਹੋਇਆ ਤਾਂ ਹੁਣ ਇਹਦੇ ਗਰਮੀ ਵਾਲੇ ਕੋਈ ਵੀ ਇਹਦੇ ਕੋਲ ਹੁਣ ਮਤਲਬ ਹੈ ਨਹੀਂ ਜਿਹੜੇ ਪਹਿਲਾਂ ਸਵਾਏ ਹੋਏ ਸੀ ਉਹ ਸਰਦੀਆਂ ਦੇ ਸੀਗੇ ਤਾਂ ਹੁਣ ਸਾਰੇ ਨਵੇਂ ਸਿਰੇ ਤੋਂ ਹੀ ਇਹਨੂੰ ਮਤਲਬ ਹੁਣ ਉਹ ਲੈਣੇ ਪੈਂਦੇ ਨੇ ਜਾਣ ਵੇਲੇ ਜਦੋਂ ਵੀ ਘਰੋਂ ਨਿਕਲਣਾ ਹੁੰਦਾ ਨਾ ਇਹਦੀ ਆਈ ਇੱਕ ਸੇਮ ਹਰ ਵਾਰ ਆ ਕਰ ਹੁੰਦੀ ਹੈ ਮੇਰੇ ਮੈਂ ਕੀ ਪਾਵਾਂ ਹਰ ਕੁਝ ਹੈ ਨਹੀਂ ਤਾਂ ਹੁਣ ਦੇ ਉਹ ਹਲੇ ਵੀ ਅੱਜ ਮਿਲਿਆ ਨਹੀਂ ਤਾਂ ਹੀ ਸਪੈਸ਼ਲ ਪਹਿਲਾਂ ਲੈਣ ਗਏ ਸੀ ਪਰ ਚਲੋ ਤਾਂ ਹੁਣ ਸ਼ਾਮ ਨੂੰ ਮਿਲੂਗਾ ਪਰ ਉਹਦੇ ਬਹਾਨੇ ਮੈਂ ਕੁਛ ਲਿਆ ਆ ਮੈਂ ਚਲੋ ਹੁਣ ਨਿਕਲਿਆ ਹੋਇਆ ਰੋਜ਼ ਨਿਕਲਦਾ ਸੀ ਮੈਂ ਆਪਣੇ ਲਈ ਜਿੰਮ ਲਈ ਅੱਜ ਕੱਲ੍ਹ ਜਿੰਮ ਜਾ ਰਿਹਾ ਤਾਂ ਸਿਰਫ ਆਈ ਹੈ ਮੇਰੇ ਕੋਲ ਪਾਉਣ ਨੂੰ ਤਾਂ ਮੈਂ ਹੁਣ ਇੱਕ ਆਪਣੇ ਲਈ ਇੱਕ ਹੋਰ ਲੈ ਕੇ ਆਇਆ ਆਪਣਾ ਕੀ ਕਹਿੰਦੇ ਨੇ ਜ਼ਿੱਪਰ ਜਾ ਕੋਈ ਚਲੋ ਤੁਸੀਂ ਮੇਰੇ ਵਾਂਗ ਹੀ ਕਹਿ ਦਿੰਦੇ ਜੇ ਜਿੰਮ ਜਾਣਾ ਹੁੰਦਾ ਮੈਂ ਕੀ ਪਾਉਂਗੀ ਮੈਂ ਕੀ ਪਾਵਾਂ ਮੇਰਾ ਵੀ ਇਹੀ ਕਰਾਰੀ ਹੁੰਦੀ ਆਈ ਵਾਰ ਤੇ ਚਲੋ ਕੋਈ ਨਾ ਬਾਕੀ ਉਹ ਤਾਂ ਟੀ-ਸ਼ਰਟਾਂ ਟੂ-ਸ਼ਰਟਾਂ ਬਾਲੀਆਂ ਨੇ ਉਹਨਾਂ 'ਚ ਢਿੱਡ ਦਿਖਦਾ ਤਾਂ ਕਰਕੇ ਮੈਨੂੰ ਆ ਲੂਜ਼ ਦੇ ਐਂ ਲੱਗਦਾ ਕੰਫਰਟੇਬਲ ਜਿਹਾ ਲੱਗਦਾ ਥੋੜ੍ਹਾ ਇਹਨਾਂ 'ਚ ਤੇ ਚਲੋ ਫਿਰ ਹੁਣ ਰੈਡੀ ਹੋ ਕੇ ਨਿਕਲਦੇ ਹਾਂ ਤੇ ਫਿਲਹਾਲ ਮੈਂ ਤੁਹਾਨੂੰ ਦਿਖਾ ਦਾਂਗਾ ਫਿਰ ਲੈ ਕੇ ਕੀ ਆਇਆ ਹਾਂ ਆਹ ਜ਼ਿੱਪਰ ਲੈ ਕੇ ਆਇਆ ਲੂਜ਼ ਦਾ ਵੇਚ ਢਿੱਡ ਜਿਹਾ ਨਾ ਢਿੱਡ ਨਾ ਦਿਖੇ ਉਹ ਹੈ ਤਾਂ ਪਤਲਾ ਜਿਹਾ ਹੀ ਹੈ ਲਾਈਟ ਲਾਈਟ ਜਿਹਾ ਜਮਾਂ ਗਰਮੀ ਤਾਂ ਨਹੀਂ ਇੱਥੇ ਲੱਗਣੀ ਜਮਾਂ ਹੀ ਪਤਲਾ ਪਰ ਆਹੀ ਹੈ ਵੀ ਥੋੜ੍ਹਾ ਹਲੇ ਫਿੱਟ ਹੋਣ ਤੱਕ ਖੁੱਲੇ ਖੁੱਲੇ ਕੱਪੜੇ ਪਾਉਣ ਦਾ ਹੀ ਠੀਕ ਹੈ ਬਾਅਦ 'ਚ ਦਿਖਾਵਾਂਗੇ ਬਾਡੀ ਜਿਹਾ ਬਣ ਜੂਗੀ ਤੇ ਚਲੋ ਫਿਰ ਹੁਣ ਰੈਡੀ ਹੋ ਕੇ ਮਿਲਦੇ ਹਾਂ ਚਲੋ ਜੀ ਤੁਸੀਂ ਵਿੱਚ ਵਿਚਾਲੇ ਕੰਮ ਕਰਨਾ ਹੀ ਹੁੰਦਾ ਕੋਈ ਨਾ ਕੋਈ ਕਾਟੇ ਕੋਟੇ ਮੇਰੇ ਲੈ ਕੇ ਸੀਖਾ ਪਾਉਣੇ ਮੈਂ ਕਿ ਗੱਡੀ 'ਚ ਬਹਿ ਕੇ ਪਾ ਲੂੰਗੀ ਚਲੋ ਜੀ ਹੋ ਗਏ ਰੈਡੀ ਤੇ ਹੁਣ ਨਿਕਲ ਲੱਗਿਆ ਜਾਣ ਲੱਗਿਆ ਮੈਂ ਜਦੋਂ ਵੀ ਵੀਡੀਓ ਐਡਿਟ ਕਰਨ ਬੈਠਦਾ ਹੁੰਦਾ ਨਾ ਮੈਨੂੰ ਹਮੇਸ਼ਾ ਉਦੋਂ ਰੀਅਲਾਈਜ਼ ਹੁੰਦਾ ਵੀ ਮੈਂ ਇਨਕਾ ਨਾ ਲਾਇਆ ਕਰਾਂ ਮੈਨੂੰ ਆਪਣੇ ਆਪ ਨੂੰ ਹੁਣ ਅਜੀਬ ਲੱਗੀ ਯਾਰ ਬਾਕੀ ਤੁਸੀਂ ਦੱਸਿਓ ਸਹੀ ਲੱਗਦੇ ਆ ਜਾਂ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਰ ਨਹੀਂ ਆਪਾਂ ਅੱਗੇ ਤੋਂ ਨਹੀਂ ਲਾਇਆ ਕਰਾਂਗੇ ਜੇ ਅਜੀਬ ਲੱਗਦੀ ਕਿਉਂਕਿ ਮੈਨੂੰ ਆਪਣੇ ਆਪ ਨੂੰ ਹੁਣ ਲੱਗੀ ਜਾਣੀ ਹੈ ਐਡਿਟ ਕਰਦੇ ਹੋਏ ਅਤੇ ਬਾਕੀ ਦੂਜੀ ਗੱਲ ਬਾਈ ਕਰ ਲਓ ਚੈਨਲ ਸਬਸਕ੍ਰਾਈਬ ਅਤੇ ਲਾਈਕ ਵੀ ਕਰ ਦਿਓ ਵੀਡੀਓ ਨੂੰ ਜੇ ਵਧੀਆ ਲੱਗ ਰਹੀ ਹੈ ਅਤੇ ਚਲੋ ਫਿਰ ਹੁਣ ਕਰਦੇ ਅੱਗੇ ਕੰਟੀਨਿਊ ਵੀਡੀਓ ਨੂੰ ਤੇ ਉੱਥੇ ਹੀ ਥਾਰ ਵੀ ਦੇਖ ਹੋਜੂ ਤਿੰਨ ਗੱਡੀਆਂ ਕਵਰ ਹੋ ਜਾਣਗੀਆਂ ਉੱਥੇ ਹੀ ਥਾਰ ਵੀ ਉੱਥੇ ਹੋ ਜੂ ਅਲਟਰਸ ਵੀ ਉੱਥੇ ਹੋ ਜੂ ਐਕਸਯੂਵੀ ਮਹਿੰਦਰਾ ਦੀ ਹੋਈ ਐਕਸਯੂਵੀ 700 ਵੀ ਹੈ ਨਾ ਤੇ ਗੱਡੀਆਂ ਬਾਰੇ ਕੁਝ ਵੀ ਤਿੰਨੋਂ ਹੀ ਉੱਥੇ ਕਵਰ ਹੋ ਜਾਣਗੀਆਂ ਗੱਲ ਇਹ ਵੀ ਕਹਿ ਰਹੇ ਨੇ ਕਹਿੰਦੇ ਜਿਹੜੀ ਥਾਰ ਹੈ ਉਹ 4 ਡੋਰ 'ਚ ਆ ਰਹੀ ਹੈ ਕਹਿੰਦੇ ਤੁਸੀਂ ਥੋੜਾ ਵੇਟ ਕਰ ਲਓ ਕੋਈ ਨਾ ਹੁਣ ਆਪਾਂ ਐਡਾ ਲੰਬਾ ਚਲਾਉਣਾ ਨਹੀਂ ਆ ਸਿਸਟਮ ਹੁਣ ਅੱਜ ਲਾਸਟ ਡੇ ਹੀ ਆਪਾਂ ਗੱਡੀਆਂ ਦੇਖਣ ਜਾਣ ਵਾਲਾ ਤੇ ਉਹ ਤੋਂ ਬਾਅਦ ਇੱਕ ਅੱਧੀ ਕੋਈ ਰਾਈਡ ਜੂਗੀ ਤਾਂ ਉਹ ਦੇਖ ਲਾਂਗੇ ਪਰ ਆ ਵੀ ਅੱਜ ਕੀ ਡੇ ਹੈ ਟਾਈਮ ਕੱਢਣਾ ਹੀ ਬਾਹਲਾ ਗੱਡੀਆਂ ਦੇਖਣ ਜਾਣ ਤੇ ਵੀ ਬਾਹਲਾ ਟਾਈਮ ਕੰਜ਼ੂਮ ਹੁੰਦਾ
ਤਾਂ ਹੁਣ ਆਪਾਂ ਨੂੰ ਆਲਰੇਡੀ ਪਤਾ ਹੀ ਆ ਮੇਨ ਇਹੀ ਨੇ ਜਿਹੜੀਆਂ ਅੱਜ ਕੱਲ ਵਿਕਰੀਆਂ ਨੇ ਅੱਜ ਚ ਤਿੰਨ ਕਵਰ ਕਰ ਦੇਣੀਆਂ ਨੇ ਬਾਕੀ ਦੇਖਦੇ ਚਲੋ ਪਹੁੰਚਦੇ ਹਾਂ ਇੱਕ ਜੀਪ ਵਾਲਾ ਰਹਿ ਗਿਆ ਜੀਪ ਵਾਲਾ ਰਹਿ ਜੂਗਾ ਜੀਪ ਦੇ ਆਪਾਂ ਜਾ ਆਵਾਂਗੇ ਕੱਲ ਜਾਂ ਪਰਸੋਂ ਜਦੋਂ ਜਿੱਦਣ ਵੀ ਟਾਈਮ ਲੱਗੇ ਕਿਉਂਕਿ ਜੀਪ ਦੀ ਵੀ ਆਉਂਦੀ ਆ ਜੀਪ ਇਹਨਾਂ ਦੇ ਕੰਪੈਰੀਜ਼ਨ ਚ ਇੱਕ ਗੱਡੀ ਚਲੋ ਫਿਰ ਨਿਕਲਤੇ ਹੈ ਤੇ ਮਿਲਤੇ ਹੈ ਆਪਕੋ ਆਗੇ ਜਾ ਕਰ ਇਹ ਵੀ ਸਾਡੇ ਨਾਲ ਵੈਸੇ ਪੱਕਾ ਹੀ ਹੁੰਦਾ ਵੀ ਅੱਧੇ ਰਾਤ ਤੋਂ ਸਾਨੂੰ ਮੁੜਨਾ ਹੀ ਪੈਂਦਾ ਕੋਈ ਨਾ ਕੋਈ ਚੀਜ਼ ਭੁੱਲ ਕੇ ਆਉਂਦੇ ਨੇ ਮੈਂ ਪੁੱਛਦੀ ਮੈਂ ਨਹੀਂ ਭੁੱਲ ਕੇ ਆਉਂਦਾ ਤੁਸੀਂ ਭੁੱਲ ਕੇ ਆਏ ਹੋ ਮੈਨੂੰ ਤਾਂ ਲੋੜ ਹੀ ਨਹੀਂ ਸੀ ਏਟੀਐਮ ਕਾਰਡ ਦੀ ਗੱਲ ਹੈ ਇਹਨੂੰ ਚਾਹੀਦਾ ਸੀਗਾ ਇਹਨੇ ਕੁਛ ਹੁਣ ਦਿਮਾਗ 'ਚ ਕੁਛ ਮੈਨੂੰ ਪਹਿਲਾਂ ਗੱਲ ਨਹੀਂ ਕੀਤੀ ਮੈਨੂੰ ਤਾਂ ਪਤਾ ਹੀ ਸੀਗਾ ਏਟੀਐਮ ਘਰੇ ਪਿਆ ਮੈਂ ਜਾਣ ਕੇ ਹੀ ਚੱਕਿਆ ਸੀਗਾ ਵੀ ਮੈਂ ਕਿਹੜਾ ਉੱਥੇ ਕਿਹੜਾ ਕੁਛ ਖਰਚਣਾ ਹੈ ਮੈਨੂੰ ਤਾਂ ਇਹ ਸੀਗਾ ਵੀ ਤੁਸੀਂ ਆ ਕੇ ਇੱਥੇ ਰੱਖਿਆ ਹੋਣਾ ਤਾਂ ਮੈਂ ਕੁਦਰਤੀ ਹੀ ਪੁੱਛ ਲਿਆ ਵੀ ਉਹ ਕਿੱਥੇ ਹੈ ਆਰਾਮ ਨਾਲ ਕਹਿੰਦੇ ਉਹ ਤਾਂ ਘਰੇ ਆ ਹਾਂ ਫਿਰ ਆਰਾਮ ਨਾਲ ਕਹਿੰਦੇ ਕੀ ਫਿਰ ਮੁੜੋ ਇਹ ਤੇ ਮੇਰਾ ਤਾਂ ਨਹੀਂ ਕੋਈ ਉਹ ਜੇ ਤੁਸੀਂ ਆਪਣੇ ਮਨ 'ਚ ਸੋਚੀ ਹੋਇਆ ਵੀ ਕੁਛ ਲੈਣਾ ਜਾਂ ਕੁਛ ਕਰਨਾ ਚਲੋ ਇਹ ਵੈਸੇ ਹੁੰਦੀ ਰਹਿੰਦੀ ਹੈ ਤਾਂ ਪੱਕਾ ਹੀ ਹੈ ਇਹਨੇ ਇਹ ਮੇਰੀ ਗੱਲ ਤੇ ਨਹੀਂ ਇਹਨੇ ਮੇਰਾ ਦੁਬਾਰਾ ਗੇੜਾ ਲਵਾਉਣਾ ਹੀ ਹੁੰਦਾ ਮੈਂ ਲਵਾਉਣਾ ਇਹਨੇ ਕੋਈ ਨਾ ਕੋਈ ਚੀਜ਼ ਛੱਡਣੀ ਹੁੰਦੀ ਚਲੋ ਜੀ ਪਹੁੰਚ ਗਏ ਅਸੀਂ ਸ਼ੋਰੂਮਾਂ ਦੇ ਗੜ੍ਹ 'ਚ ਤੇ ਸ਼ੋ ਗੱਡੀਆਂ ਦੇ ਸਾਰੇ ਸ਼ੋਰੂਮ ਨੇ ਉਹ ਖਿੱਚਣ ਨੂੰ ਤਾਂ ਕਿੰਨਾ ਮਰਜ਼ੀ ਇਹਦਾ ਰੋਜ਼ ਇੱਕ ਵੀਡੀਓ ਦੀ ਚਾਹੇ ਰੋਜ਼ ਇੱਕ ਗੱਡੀ ਦੀ ਵੀਡੀਓ ਬਣਾਈ ਜਾ ਸਕਦੀ ਹੈ ਪਰ ਇੰਨਾ ਹੁਣ ਲੰਬਾ ਗੇੜਾ ਖਿੱਚੂਗਾ ਅੱਜ ਸਾਰੀਆਂ ਗੱਡੀਆਂ ਨਿਬੇੜ ਜਾਣੀਆਂ ਨੇ ਰੋਜ਼ ਰੋਜ਼ ਆਉਣਾ ਬੜਾ ਔਖਾ ਸਾਡੇ ਲਈ ਆਹ ਤਾਂ ਹੁੰਡਾਈ ਲੰਘ ਗਿਆ ਹੁੰਡਾਈ ਦਾ ਤਾਂ ਆਪਾਂ ਨੂੰ ਕੋਈ ਕੰਮ ਨਹੀਂ ਹੈਗਾ ਤੇ ਅੱਗੇ ਕੀਆ ਦਾ ਕੀਆ ਵਾਲਿਆਂ ਦੇ ਦੇਖ ਚੱਲਦੇ ਹਾਂ ਗੱਡੀ ਜਾਣਾ ਵੈਸੇ ਮੇਨਲੀ ਆਪਾਂ ਮਹਿੰਦਰਾ ਦੇ ਆ ਤੇ ਉਹ ਤੋਂ ਬਾਅਦ ਵਾਪਸੀ ਤੇ ਉਹ ਟਾਟਾ ਦਾ ਵੀ ਆ ਨਾਲੇ ਟਾਟਾ ਵਾਲਿਆਂ ਦੀ ਦੇਖ ਜਾਂਦੇ ਇੱਕ ਹੈਰੀਅਰ ਤੇ ਉਹ ਸਫਾਰੀ ਹੁਣ ਨਿਕਲੇ ਹੀ ਹੋਇਆ ਤਾਂ ਤੇ ਜਮਾਂ ਨੇੜੇ ਨੇੜੇ ਦੋਨੋਂ ਹਨਾ ਕੀਆ ਤੇ ਮਹਿੰਦਰਾ ਦਾ ਜਮਾਂ ਨਾਲ ਨਾਲ ਹੀ ਆ ਹਾਂ ਪਹਿਲਾਂ ਕੀਆ ਤੇ ਜਾਈਏ ਕਿ ਮਹਿੰਦਰਾ ਦੇ ਮਹਿੰਦਰਾ ਚੱਲਦੇ ਫਿਰ ਵਾਪਸ ਨਹੀਂ ਹਾਂ ਚੱਲ ਛੱਡ ਕੀਆ ਲੈਣੀ ਨਹੀਂ ਕਰਨੀ ਨਹੀਂ ਹਨਾ ਸਾਨੂੰ ਹੀ ਟਾਈਮ ਖਰਾਬ ਕਰਦੇ ਫਿਰਾਂਗੇ ਉਹ ਕੀ ਵਾਲਿਆਂ ਦੀ ਇੱਕ ਕਹਿੰਦੇ ਉਹ ਆਉਂਦੀ ਹੈ ਕਾਰਨੀਵਲ ਕਰਕੇ ਵੈਨ ਟਾਈਪ ਉਹ ਲੈਣੀ ਤਾਂ ਹੈ ਨਹੀਂ ਪਰ ਕੀ ਦੇਖ ਕੇ ਟਾਈਮ ਖਰਾਬ ਕਰਨਾ ਤੇ ਇਹਨਾਂ ਦੇ ਦੇਖ ਸਕਦੇ ਹਾਂ ਆਪਸ਼ਨ ਹਲੇ ਕਿਉਂਕਿ ਇਹ ਤਾਂ ਬਾਹਲੀ ਜ਼ਿਆਦਾ ਕਹਿੰਦੇ ਨੇ ਵੀ ਐਕਸਯੂ ਵੀ 700 ਦੇਖ ਕੇ ਆਓ ਆ ਸੀਗੀ ਬਾਈ ਐਕਸਯੂ ਵੀ 700 ਤੇ ਇਹਦੇ ਬਸ ਆਹੀ ਮੇਨ ਚੀਜ਼ ਤਾਂ ਆਹੀ ਆ ਸਕਰੀਨ ਸੋਹਣੀ ਦੇ ਰੱਖੀ ਆ ਹੋਰ ਤਾਂ ਮੈਨੂੰ ਇਹਦੇ ਕੋਈ ਇੱਕ ਸਨਰੂਫ ਪ੍ਰੋਪਰ ਪੈਨਾਰੋਮਿਕ ਸਨਰੂਫ ਸੱਚ ਵੀ ਹੈਗੇ ਤਾਂ ਮੈਂ ਦੇਖੀ ਨਹੀਂ ਉਹ ਦੇਖ ਹਾਂ ਤੇ ਮੈਨੂੰ ਲੜੀ ਖੜੀ ਆ ਕਹਿੰਦੇ ਸਾਡੇ ਕੋਲ ਦੂਜੀ ਖੜੀ ਨਹੀਂ ਹੈਗੀ ਉਰੇ ਆਟੋਮੈਟਿਕ ਤੇ ਟੌਪ ਇਹ ਟੌਪ ਨਹੀਂ ਹੈਗੀ ਇਹ ਤੇ ਨਾਲੇ ਉਹ ਵੀ ਚਾਬੀ ਲੱਗਦੀ ਹੈ ਕਹਿੰਦੇ ਟੌਪ 'ਚ ਹੀ ਹੈ ਗੱਲਾਂ ਦੂਜਾ ਸਿਸਟਮ ਜਿਹੜੀ ਗੱਡੀ ਦੇਖਣ ਗਏ ਸੀਗੇ ਮਹਿੰਦਰ ਵਾਲਿਆਂ ਦੇ ਉਹ ਤਾਂ ਹੈ ਹੀ ਨਹੀਂ ਅਲਟ੍ਰਾਸ ਜਿਹੜੀ ਦੇਖਣੀ ਸੀਗੀ ਜਿਹੜੀ ਇਹਨਾਂ ਦੇ ਫੋਰਚੂਨਰ ਦੇ ਕੰਪੈਰੀਜ਼ਨ 'ਚ ਜਾਂ ਇਹਨਾਂ ਦੇ ਉਹ ਤਾਂ ਕਹਿੰਦੇ ਡਿਸਕੰਟੀਨਿਊ ਹੀ ਹੋ ਗਈ ਬੰਦ ਹੋ ਗਈ ਹੁਣ ਤੁਸੀਂ ਕੰਪਨੀ ਵੱਲੋਂ ਹੀ ਪਿੱਛੋਂ ਹੀ ਉਹ ਤਾਂ ਦੇਖਣ ਦਾ ਵੀ ਚੱਲ ਵਧੀਆ ਉਹ ਤਾਂ ਬੰਦ ਹੀ ਹੋ ਗਈ ਕਈ ਰਿਕਮੈਂਡ ਕਰ ਦਿੰਦੇ ਆ ਜਿਵੇਂ ਕਮੈਂਟਾਂ 'ਚ ਵੀ ਉਹ ਪੱਕਾ ਦੇਖ ਕੇ ਆਇਓ ਉਹ ਬਾਈ ਬੰਦ ਹੀ ਹੋ ਗਈ ਉਹ ਕਹਿੰਦੇ ਡਿਸਕੰਟੀਨਿਊ ਹੋ ਗਈ ਹੋਈ ਆ ਤੇ ਹੁਣ ਇੱਥੇ ਸੀਗਾ ਨਾਲ ਹੀ ਟਾਟਾ ਦਾ ਸ਼ੋਰੂਮ ਸੋਚਿਆ ਟਾਟਾ ਹੈਰੀਅਰ ਤੇ ਸਫਾਰੀ ਵੀ ਦੇਖ ਹੀ ਚੱਲਦੇ ਆ ਹੁਣ ਆਏ ਹੋਏ ਆ ਤਾਂ ਤੇ ਜਿਹੜੀ ਐਕਸਯੂਵੀ 700 ਸੀ ਉਹ ਤਾਂ ਆਪਾਂ ਨੂੰ ਜੰਮੀ ਨਹੀਂ ਹੈਗੀ ਯਾਰ ਉਹੀ ਮੈਂ ਕਹਾ ਜਿੰਨੀ ਉਹਦੀ ਹਾਈਪ ਬਣੀ ਹੋਈ ਐਡੀ ਮੈਨੂੰ ਘੈਂਟ ਲੱਗੀ ਨਹੀਂ ਅੰਦਰੋਂ ਮਤਲਬ ਇੱਕ ਮੂਹਰੇ ਪੈਨਲ ਜਿਹਾ ਸੋਹਣਾ ਦੇ ਰੱਖਿਆ ਤਾਂ ਇੰਟੀਰੀਅਰ ਤੇ ਲਾਇਆ ਹੋਇਆ ਪਰ ਜੇ ਹੁਣ ਪਹਿਲਾਂ ਬੰਦੇ ਨੇ ਉਹ ਦੇਖੀ ਹੋਵੇ ਕਿਹੜੀ ਹੈ ਗੱਡੀ ਉਹ ਫੋਰਚੂਨਰ ਜਾਂ ਉਹ ਦੇਖੀ ਹੋਵੇ ਕਿਹੜੀ ਹੈ ਗਲੋਸਟਰ ਫਿਰ ਉਹਦੇ ਮੂਹਰੇ ਤਾਂ ਉਹਦਾ ਜਮੀ ਕੰਪੈਰੀਜ਼ਨ ਨਹੀਂ ਹੈਗਾ ਹਾਂ ਤਾਂ ਉਹਦੇ ਕੰਪੈਰੀਜ਼ਨ 'ਚ ਤਾਂ ਜਮੀ ਨਹੀਂ ਹੈਗੀ ਨਾਲ ਵੀ ਨਹੀਂ ਕਿਤੇ ਖੜਦੀ ਚਲੋ ਹੁਣ ਆਪਾਂ ਚੱਲਦੇ ਹਾਂ ਹੁਣ ਇਹਨਾਂ ਦੇ ਦੇਖਦੇ ਹਾਂ ਇਹ ਮੈਨੂੰ ਜ਼ਿਆਦਾ ਬੈਟਰ ਲੱਗ ਰਹੀ ਹੈ ਵੈਸੇ ਹੈਰੀਅਰ ਤੇ ਸਫਾਰੀ ਦੇਖੀਏ ਚਲੋ ਇੰਨਾ ਜੇ ਭੁੱਖ ਤੇ ਕੰਟਰੋਲ ਰੱਖਿਆ ਨਾ ਆ ਗਿਆ ਘਰੇ ਵਾਪਸ ਵੈਸੇ ਤੇ ਹੁਣ ਘਰੇ ਆ ਕੇ ਖਾਣ ਲੱਗੇ ਬਾਹਰ ਦਾ ਕੁਛ ਨਹੀਂ ਖਾਧਾ ਇੱਕ ਤਾਂ ਉਹੀ ਬਾਹਰ ਦਾ ਵੈਸੇ ਹੀ ਬੰਦ ਆ ਕੋਲੈਸਟ੍ਰੋਲ ਵਧਿਆ ਹੋਇਆ ਤਾਂ ਕਰਕੇ ਵੀ ਫਾਈਨਲੀ ਅੱਜ ਡਿਸਾਈਡ ਹੋ ਗਿਆ ਕਿਹੜੀ ਗੱਡੀ ਲੈਣੀ ਹੈ ਤੇ ਅੱਜ ਅਸੀਂ ਇੰਨੀਆਂ ਕੁ ਜ਼ਿਆਦਾ ਗੱਡੀਆਂ ਦੇਖੀਆਂ ਵਲੌਗ ਤਾਂ ਜਮੀ ਸ਼ੂਟ ਨਹੀਂ ਕੀਤਾ ਜੋ ਸਾਰੇ ਫੋਕਸ ਹੀ ਉੱਥੇ ਸੀਗਾ ਬਈ ਸਾਰੀਆਂ ਦੇਖ ਲਈ ਜਿੰਨੀਆਂ ਵੀ ਰਿਕਮੈਂਡੇਸ਼ਨ 'ਚ ਗੱਡੀਆਂ ਹੈਗੀਆਂ ਸੀਗੀਆਂ ਪਰ ਮਹਿੰਦਰ ਵਾਲਿਆਂ ਦੇ ਗਏ ਐਕਸਯੂਵੀ 700 ਹੁਣ ਜੇ ਪਹਿਲਾਂ ਆਪਾਂ ਉਹ ਦੇਖੀ ਹੋਈ ਆ ਉਹ ਤੋਂ ਕਾਫੀ ਥੱਲੇ ਆ ਉਹ ਐਕਸਯੂਵੀ 700 ਤਾਂ ਆਪਣੀ ਆਹ ਗਲੋਸਟਰ ਤੇ ਫੋਰਚੂਨਰ ਤੋਂ ਤੇ ਉਹ ਤਾਂ ਉਹਦੇ ਕੰਪੈਰੀਜ਼ਨ 'ਚ ਹੀ ਨਹੀਂ ਸੀ ਅਲਟ੍ਰਾਸ ਦੇਖਣ ਗਏ ਸੀ ਉਹ ਡਿਸਕੰਟੀਨਿਊਡ ਹੋ ਚੁੱਕੀ ਹੋਈ ਸੀਗੀ ਤੇ ਉਹ ਤੋਂ ਬਾਅਦ ਫਿਰ ਗਏ ਆਪਣਾ ਸਫਾਰੀ ਵਾਲਿਆਂ ਦੇ ਕੀ ਦੇ ਟਾਟਾ ਵਾਲਿਆਂ ਦੇ ਤਾਂ ਉਹਨਾਂ ਦੀ ਹੈਰੀਅਰ ਤੇ ਸਫਾਰੀ ਸੋਹਣੀ ਸੀਗੀ ਪਰ ਉਹੀ ਪਰ ਉਹ ਉਹਨਾਂ ਤੋਂ ਥੱਲੇ ਵਾਲੇ ਉਹ 'ਚ ਸੈਗਮੈਂਟ 'ਚ ਸੀਗੀਆਂ ਜਿੰਨੇ ਸਾਰੇ ਉਹ 'ਚ ਮਤਲਬ ਅੱਜ ਕੱਲ੍ਹ ਉਹ ਫੀਚਰ ਨੇ ਉਹੀ ਕਰੈਟਾ 'ਚ ਵੀ ਉਹ ਹੈਗੀ ਨੇ ਮਤਲਬ ਕਰੈਟਾ ਤੋਂ ਬਾਅਦ ਥੋੜ੍ਹੀ ਅਪਡੇਟ ਜੇ ਬੰਦਾ ਜਿਹਨੇ ਪਹਿਲਾਂ ਉਹ ਗੱਡੀ ਇੱਦਾਂ ਦੀਆਂ ਯੂਜ਼ ਕੀਤੀਆਂ ਮਤਲਬ ਸੇਮ ਹੀ ਲੱਗਦਾ ਐਂ ਕੋਈ ਫੀਲ ਨਹੀਂ ਆ ਰਹੀ ਸੀ ਵੀ ਕੋਈ ਖਾਸ ਉਹਨਾਂ 'ਚ ਕੋਈ ਫੀਲ ਨਹੀਂ ਆ ਰਹੀ ਸੀ ਕਿਉਂਕਿ ਪਹਿਲਾਂ ਹੀ ਆਲਰੇਡੀ ਜਿਹਨਾਂ ਦੀ ਆਪਾਂ ਟੈਸਟ ਡਰਾਈਵ ਲੈ ਚੁੱਕੇ ਹੋਏ ਹਾਂ ਤਾਂ ਸਾਰੀਆਂ ਮਤਲਬ ਸਾਰੀਆਂ ਦੇਖ ਲਈਆਂ ਆਲਰੇਡੀ ਸਾਰੀਆਂ ਦੇਖਿਆ ਆਲਮੋਸਟ ਉਹਨਾਂ ਜੀਪ ਵਾਲਿਆਂ ਦੇ ਵੀ ਜਾਏ ਸੀਗੇ ਆਪਣਾ ਮਨ ਆਲਰੇਡੀ ਬਣ ਚੁੱਕਿਆ ਹੋਇਆ ਜਿਹੜੀ ਲੈਣੀ ਸੀਗੀ ਤਾਂ ਉਹ ਅੱਜ ਦੱਸ ਹੀ ਦਿੰਦਾ ਡਿਸਕਲੋਜ਼ ਕਰ ਦਿੰਦਾ ਕਿਹੜੀ ਗੱਡੀ ਲੈਣੀ ਹੈ ਕਿਹੜਾ ਫਾਈਨਲ ਹੋ ਗਿਆ
ਗਲੋਸਟਰ ਤੇ ਫੋਰਚੂਨਰ ਚ ਟਾਈ ਸੀਗੀ ਤੇ ਕਹਲੇ ਥੋੜਾ ਸਰਪ੍ਰਾਈਜ਼ ਰੱਖੀਏ। ਚੱਲ ਦੱਸ ਹੀ ਦਿੰਦਾ ਕੀ ਸਰਪ੍ਰਾਈਜ਼ ਰੱਖਣਾ ਯਾਰ, ਫੋਰਚੂਨਰ ਲੈਣੀ ਆਪਾਂ ਹੁਣ। ਫੋਰਚੂਨਰ ਦਾ ਮਨ ਬਣ ਗਿਆ ਹੋਇਆ, ਫੋਰਚੂਨਰ ਹੀ ਡਨ ਕਰਤੀ ਹੁਣ। ਉਹਦਾ ਐਂ ਆ ਕਿ ਵੇਟਿੰਗ ਪੀਰੀਅਡ ਥੋੜ੍ਹਾ ਲੰਬਾ, ਘੱਟੋ ਘੱਟ 3 ਮਹੀਨੇ ਤਾਂ ਲੱਗਣਗੇ ਉਹਨੂੰ। ਕੱਲ੍ਹ ਤੁਹਾਨੂੰ ਬੁੱਕ ਕਰਾ ਦਾਂਗੇ ਜਾ ਕੇ। ਫਾਈਨਲੀ ਹੋ ਗਿਆ ਡਨ, ਅਤੇ ਉਹੀ ਬੈਸਟ ਹੈ ਮੇਰੇ ਹਿਸਾਬ ਨਾਲ, ਕਿਉਂਕਿ ਜੇ ਫੀਚਰ ਵਾਈਜ਼ ਦੇਖਿਆ ਜਾਵੇ ਤਾਂ ਉਹ ਦੂਜੀ ਆਪਣੀ ਉਹ ਜ਼ਿਆਦਾ ਵਧੀਆ ਸੀਗੀ। ਕਿਹੜੀ ਸੀਗੀ? ਗਲੋਸਟਰ। ਕਾਫੀ ਉਹਦੀਆਂ ਹੋਰ ਗੱਲਾਂ ਵੀ ਮੱਦੇ ਨਜ਼ਰ ਰੱਖ ਕੇ, ਕਿਉਂਕਿ ਹਲੇ ਨਵੀਆਂ ਵੀ, ਕਾਹਨੂੰ ਰਿਸਕ ਲੈਣਾ, ਇੰਨਾ ਪੈਸਾ ਵੀ ਲਾਉਣਾ, ਤਾਂ ਕਰਕੇ ਆਪਾਂ ਉਹਦੇ ਨਾਲੋਂ ਜਿੰਨੇ ਵੀ ਯਾਰ ਦੋਸਤ ਸੀ, ਕਜ਼ਨ ਸੀ, ਸੱਤੀ ਹੋਰੀ ਵਿੱਕੀ ਹੋਰੀ, ਜਿਨ੍ਹਾਂ ਤੋਂ ਸਾਰਿਆਂ ਤੋਂ ਪੁੱਛਿਆ, ਸਾਰੇ ਫੋਰਚੂਨਰ ਹੀ ਕਹਿੰਦੇ ਸੀਗੇ, ਅਤੇ ਤੁਸੀਂ ਵੀ ਕਮੈਂਟਾਂ 'ਤੇ ਸਾਰੇ ਫੋਰਚੂਨਰ ਨੂੰ ਹੀ ਜ਼ਿਆਦਾ ਬੋਲਦੇ ਸੀ, ਤਾਂ ਆਪਾਂ ਉਹੀ ਡਿਸੀਜ਼ਨ ਲੈ ਲਿਆ। ਅਤੇ ਚਲੋ ਫਿਰ ਕਰਦੇ ਹਾਂ ਵੇਟ, ਕਰਾਉਂਦੇ ਹਾਂ ਬੁੱਕ, ਹੋਪ ਆਪਾਂ ਨੂੰ ਥੋੜ੍ਹੀ ਜਲਦੀ ਮਿਲ ਜਾਵੇ, ਕਰਾਂਗੇ ਟਰਾਈ। ਬਣ ਗਿਆ ਮਤਲਬ ਆਪਾਂ ਫਾਈਨਲ ਡਿਸੀਜ਼ਨ ਲੈ ਲਿਆ ਫੋਰਚੂਨਰ ਦਾ। ਅਤੇ ਚਲੋ ਹੁਣ ਭੁੱਖ ਲੱਗੀ ਪਈ ਹੈ, ਅੱਜ ਕੱਲ੍ਹ ਬਾਹਰ ਦਾ ਖਾਣਾ ਜਮਾਂ ਹੀ ਜ਼ੀਰੋ ਕਰਤਾ ਹੋਇਆ, ਅਤੇ ਹੁਣ ਖਾਈਏ ਜਾ ਕੇ। ਅਤੇ ਸੱਚ ਇੱਕ ਗੱਲ ਹੋਰ, ਕਈ ਕਮੈਂਟਸ 'ਚ ਸਲਾਹ ਦਿੰਦੇ ਹੁੰਦੇ ਨੇ ਜਿਵੇਂ ਅਲਟਰਸ ਦਾ ਦੱਸ ਰਹੇ ਸੀਗੇ, ਪਰ ਉਹ ਆਲਰੇਡੀ ਡਿਸਕੰਟੀਨਿਊਡ ਹੋ ਚੁੱਕੀ ਹੋਈ ਸੀ। ਆਪਾਂ ਜਿਵੇਂ ਯੂਟਿਊਬ ਵੀਡੀਓਜ਼ ਤੋਂ ਦੇਖ ਕੇ ਸਾਰਾ ਕੁਛ, ਆਪਾਂ ਨੂੰ ਆਹ ਵੀਡੀਓਜ਼ 'ਤੇ ਵੀ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਜਿਵੇਂ ਕੋਈ ਆਪਾਂ ਨੂੰ ਵੀਡੀਓਜ਼ 'ਚ ਦੱਸਦਾ, ਕਿਉਂਕਿ ਉੱਥੇ ਜਾ ਕੇ ਰੀਅਲ ਇਨਫੋਰਮੇਸ਼ਨ ਕੁਛ ਹੋਰ ਹੀ ਹੁੰਦੀ ਹੈ। ਜਿਵੇਂ ਮੈਨੂੰ ਕਿਸੇ ਨੇ ਇਹ ਵੀ ਕਿਹਾ ਸੀ ਥੋੜ੍ਹਾ ਵੇਟ ਕਰ ਲਓ, ਕਿਉਂਕਿ ਕਿਸੇ ਵੀਡੀਓ 'ਚ ਹੀ ਦੇਖਿਆ ਹੋਣਾ, ਕਿਸੇ ਨੇ ਕਿਹਾ ਹੋਣਾ ਵੀ ਥਰਡ ਫੋਰ ਡੋਰ ਆ ਰਹੀ ਹੈ, ਪਰ ਉੱਥੇ ਜਾ ਕੇ ਮੈਂ ਪੁੱਛਿਆ, ਉਹ ਕਹਿੰਦੇ ਹਲੇ 2-3 ਸਾਲ ਨਹੀਂ ਆਉਂਦੀ, 2 ਸਾਲ ਤਾਂ ਘੱਟੋ ਘੱਟ ਨਹੀਂ ਆਉਂਦੀ ਫੋਰ ਡੋਰ ਥਰ। ਤਾਂ ਐਵੇਂ ਕਈ ਵੀਡੀਓ 'ਚ ਇਨਫੋਰਮੇਸ਼ਨ ਰਾਈਟ ਸਹੀ ਨਹੀਂ ਹੁੰਦੀਆਂ ਜਮਾਂ, ਤਾਂ ਉਹਨਾਂ 'ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਹੁੰਦਾ। ਤਾਂ ਇੱਕ ਐਂ ਵੀ ਉਹ ਵੀ ਕਹਿ ਰਹੇ ਸੀਗੇ ਫੋਰਡ ਐਂਡੈਵਰ ਆ ਰਹੀ ਆ, ਉਹ ਵੀ ਐਂ ਕਹਿੰਦੇ, ਉਹ ਨਹੀਂ ਕਹਿੰਦੇ ਆਉਂਦੀ ਇੰਨੀ ਛੇਤੀ। ਤਾਂ ਪਰ ਹੁਣ ਕੁਛ ਨਹੀਂ, ਹੁਣ ਸੱਚ ਵੀ ਹੋ ਸਕਦੀਆਂ ਗੱਲਾਂ ਨਹੀਂ ਵੀ, ਪਰ ਆਪਾਂ ਨੂੰ ਇੰਨੀਆਂ ਵੀਡੀਓਜ਼ 'ਤੇ ਵੀ ਆਪਣੀ ਆਪ ਵੀ ਜਾ ਕੇ ਬਾਹਰ ਨੌਲੇਜ ਲੈਣੀ ਚਾਹੀਦੀ ਹੁੰਦੀ ਹੈ। ਤਾਂ ਹੁਣ ਮਾਰਕੀਟ ਬਾਹਰ ਜਾ ਕੇ ਕੁਛ ਹੋਰ ਗੱਲ ਹੁੰਦੀ ਹੈ, ਪਰ ਆਪਾਂ ਨੂੰ ਵੀਡੀਓਜ਼ 'ਚ ਕਈ ਉਈ ਵਿਊਜ਼ ਦੇ ਬਾਰੇ ਵੀ ਦੱਸੀ ਜਾਂਦੇ ਹੁੰਦੇ ਨੇ। ਅਤੇ ਚਲੋ ਫਿਰ ਅੱਜ ਦੀ ਵੀਡੀਓ ਨੂੰ ਕਰਦੇ ਇੱਥੇ ਹੀ ਐਂਡ, ਅਤੇ ਫਿਰ ਕਰ ਲਿਓ ਚੈਨਲ ਨੂੰ ਵੀ ਸਬਸਕ੍ਰਾਈਬ, ਲਾਈਕ ਵੀ ਕਰ ਦਿਓ, ਕਮੈਂਟ ਵੀ ਕਰ ਦਿਓ, ਅਤੇ ਮਿਲਦੇ ਫਿਰ ਕੱਲ੍ਹ ਨੂੰ। ਅਤੇ ਇੱਕ ਗੱਲ ਹੋਰ, ਇੱਕ ਗੱਲ ਮੈਂ ਨੋਟਿਸ ਕੀਤੀ ਆ, ਜੇ ਆਪਾਂ ਕਹਿੰਦੇ ਹਾਂ ਨਾ ਤੁਸੀਂ ਤਾਂ ਹੀ ਕਰਦੇ, ਜੇ ਨਹੀਂ ਕਹਿੰਦੇ ਫਿਰ ਕਰਦੇ ਨਹੀਂ। ਕਮਾਲ ਦੀ ਗੱਲ ਆ, ਜਿਹੜੀਆਂ ਮੈਂ ਇਹ ਪਿਛਲੇ ਵੀਡੀਓਜ਼ 'ਚ ਨਾ ਐਕਸਪੈਰੀਮੈਂਟ ਕਰਕੇ ਦੇਖ ਰਿਹਾ ਸੀਗਾ, ਜਿਹੜੀਆਂ ਵੀਡੀਓਜ਼ 'ਚ ਮੈਂ ਬੋਲਿਆ ਉਹ ਵੀਡੀਓਜ਼ 'ਚ ਲਾਈਕਸ ਵੀ ਜ਼ਿਆਦਾ ਹੁੰਦੇ ਨੇ, ਕਮੈਂਟਸ ਵੀ ਜ਼ਿਆਦਾ ਹੁੰਦੇ ਨੇ, ਸਬਸਕ੍ਰਾਈਬਰ ਰੇਟ ਵੀ ਜ਼ਿਆਦਾ ਵੱਧ। ਅਤੇ ਕਹਿਣ ਨਾਲ ਇੰਨਾ ਫਰਕ ਪੈਂਦਾ ਯਾਰ, ਬਿਨਾਂ ਕਹੇ ਕਰਦੇ ਕਰੋ, ਐਡਾ ਕਹਿਣ ਦੀ ਕੀ ਗੱਲ ਆ। ਅਤੇ ਚਲੋ ਫਿਰ ਇੰਨੀ ਗੱਲ ਸੀਗੀ, ਅਤੇ ਚਲੋ ਫਿਰ ਮਿਲਦੇ ਹੁਣ ਗੱਲ ਨੂੰ। ਓਕੇ ਫਿਰ।